ਸ਼੍ਰੀਕਾਲ, ਤੁਸੀਂ ਵੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਦੇਵਿਕਾ ਜੈਨ ਤੇ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਕੇਬਲ ਆਪਰੇਟਰ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ, ਪੂਰੇ ਪੰਜਾਬ ਵਿੱਚ ਕੇਬਲ ਸੇਵਾਵਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ। ਸਰਕਾਰੀ ਸਕੂਲ ਵਿਖੇ ਸੰਸਥਾ ਵੱਲੋਂ ਵੰਡੇ ਗਏ ਗਰਮ ਸਵੈਟਰ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤੀ ਸ਼ਿਰਕਤ। ਰੀਜਨਲ ਟਰਾਂਸਪੋਰਟ ਅਥਾਰਿਟੀ ਦੇ ਸੈਕਟਰੀ ਵੱਲੋਂ ਆਪਣੇ ਵਿਭਾਗ ਦੇ ਕੰਮਾਂ ਬਾਰੇ ਦਿੱਤੀ ਗਈ ਜਾਣਕਾਰੀ। ਅਤੇ ਹੁਣ ਖਬਰਾਂ ਵਿਸਤਾਰ ਨਾਲ। ਪੰਜਾਬ ਵਿੱਚ ਕੇਬਲ ਆਪਰੇਟਰਾਂ ਨਾਲ ਹੋ ਰਹੀ ਸਿਆਸੀ ਧੱਕੇਸ਼ਾਹੀ ਅਤੇ ਗੁੰਡਾਗਰਦੀ ਦੇ ਖਿਲਾਫ਼ ਪੰਜਾਬ ਟੀਵੀ ਕੇਬਲ ਆਪਰੇਟਰ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਪੀੜਿਤ ਕੇਬਲ ਆਪਰੇਟਰਾਂ ਨੇ ਆਪਣੀ ਹੱਡਬੀਤੀ ਸੁਣਾਈ ਅਤੇ ਵਿਧਾਇਕਾਂ ਦੀ ਸ਼ਹਿ ਤੇ ਕੋਹੇ ਜਾ ਰਹੇ ਕੇਬਲ ਕਾਰੋਬਾਰ ਦੇ ਖਿਲਾਫ਼ ਪੂਰੇ ਪੰਜਾਬ ਵਿੱਚ ਕੇਬਲ ਸੇਵਾਵਾਂ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ। ਸਾਡੇ ਕੇਬਲ ਆਪਰੇਟਰਾਂ ਦੇ ਜਿਹੜੇ ਨੈਟਵਰਕ ਵਿਛਾਏ ਗਏ ਆ, ਜਿਹਨੂੰ ਵਿਛਾਇਆ ਨੂੰ ਘੱਟੋ ਘੱਟ ਸਮਝ ਲਓ ਤੁਸੀਂ 1990 ਤੋਂ ਲੈ ਕੇ 32-35 ਸਾਲ ਹੋ ਗਏ ਨੈਟਵਰਕ ਵਿਛਿਆਂ ਨੂੰ, ਉਹਨਾਂ ਨੈਟਵਰਕਾਂ ਦੇ ਉੱਤੇ ਸਮੇਤ ਤਾਰਾਂ ਜਿਹੜੀਆਂ ਉਹਨਾਂ ਦੀਆਂ ਤਾਰਾਂ ਵਿਛੀਆਂ, ਸਮੇਤ ਉਹਨਾਂ ਦੇ ਇੰਪਲੀਫਾਇਰ, ਸਮੇਤ ਉਹਨਾਂ ਦੀਆਂ ਡੱਬੀਆਂ, ਟਰਾਂਸਮੀਟਰ, ਸਾਰਾ ਸਮਾਨ ਉਵੇਂ ਲੱਗਾ ਲਗਾਇਆ, ਉਹ 'ਤੇ ਕਬਜ਼ਾ ਕੀਤਾ ਜਾ ਰਿਹਾ। ਕੇਬਲ ਆਪਰੇਟਰਾਂ ਦੀ ਪ੍ਰੈਸ ਵਾਰਤਾ 'ਚ ਹੋਸ਼ ਉਡਾਉਂਦੇ ਖੁਲਾਸੇ। ਪਰ ਜੋ ਤਾਰਾਂ ਕੱਟੀਆਂ ਜਾ ਰਹੀਆਂ ਨੇ ਜੀ ਮੇਰੇ ਇਲਾਕੇ 'ਚ ਸ਼ਹਿਰ, ਮੈਂ ਉਹਨਾਂ ਲਈ ਈਜ਼ੀਲੀ ਟਾਰਗੇਟ ਹਾਂ ਕਿਉਂਕਿ ਮੇਰੇ ਨਾਲ ਕੋਈ ਖੜਨੇ ਵਾਲਾ ਨਹੀਂ ਹੈਗਾ, ਮੈਂ ਇੱਕ ਲੇਡੀ ਹਾਂ। ਅੱਕ ਕੇ ਕੇਬਲ ਆਪਰੇਟਰਾਂ ਨੇ ਦਿੱਤੀ ਧਰਨਿਆਂ ਦੀ ਚੇਤਾਵਨੀ। ਸਾਰੇ ਕੇਬਲ ਆਪਰੇਟਰ ਪੰਜਾਬ ਦੇ ਇੱਕਜੁੱਟ ਹੋ ਕੇ ਇਹ ਲੜਾਈ ਦੇ ਵਿੱਚ ਹਰੇਕ ਜਗ੍ਹਾ ਦੇ ਉੱਤੇ ਇਕੱਠੇ ਹੋਣਗੇ ਅਤੇ ਜਿੱਥੇ ਵੀ ਕੌਲ ਦਿੱਤੀ ਜਾਊਗੀ ਸਾਰੇ ਪੰਜਾਬ ਦੇ ਕੇਬਲ ਆਪਰੇਟਰ ਇਕੱਠੇ ਹੋ ਕੇ ਧਰਨਾ ਦੇਣਗੇ। ਭੁੱਖ ਹੜਤਾਲ ਦੀ ਲੋੜ ਪਈ, ਭੁੱਖ ਹੜਤਾਲ ਕਰਾਂਗੇ। ਜੇ ਨਹੀਂ ਮਿਲਿਆ ਇਨਸਾਫ ਤਾਂ ਸਾਰੇ ਪੰਜਾਬ ਦੀ ਕੇਬਲ ਬੰਦ ਕਰਨ ਨੂੰ ਹੋਣਗੇ ਮਜਬੂਰ। ਮੈਂ ਤਾਂ ਉਦੋਂ ਤੱਕ ਇਹ ਲੜਾਈ ਲੜੂੰਗੀ, ਮੈਂ ਕੋਈ ਨਹੀਂ ਡਰ ਰਹੀ, ਮੈਨੂੰ ਵੀ ਡਰ ਹੈ, ਮੇਰੀ ਫੈਮਿਲੀ ਥੋੜ੍ਹਾ, ਮੈਂ ਫੈਮਿਲੀ ਵੱਲੋਂ ਵੀਰਾਂ ਦੀ, ਮੈਨੂੰ ਵੀ ਡਰ ਹੈ ਕਿ ਮੈਨੂੰ ਕੋਈ ਪਰੇਸ਼ਾਨ ਨਾ ਕੀਤਾ ਜਾਵੇ ਜਾਂ ਕਿਸੇ ਵੀ ਤਰ੍ਹਾਂ, ਪਰ ਮੈਂ ਫਿਰ ਵੀ ਇਹ ਲੜਾਈ ਨੂੰ ਆਖਰੀ ਸਾਹ ਤੱਕ ਲੜਨ ਦੀ ਹਿੰਮਤ ਰੱਖਦੀ ਹਾਂ ਜੀ। ਜੇ ਲੋੜ ਪਈ ਤਾਂ ਭੁੱਖ ਹੜਤਾਲ ਵੀ ਕਰਾਂਗੇ ਕੇਬਲ ਆਪਰੇਟਰ। ਇੱਧਰੋਂ ਨੈਟਵਰਕ 'ਤੇ ਕਬਜ਼ਾ ਕਰ ਲਿਆ, ਇੱਧਰੋਂ ਨੈਕਸਟ ਆਪ ਦਾ ਲਾਇਆ, ਉਹਦੀ ਤਾਰ ਉਹ ਨਾ ਜੋੜੀ, ਡੱਬੇ ਬਦਲ ਤੇ ਉਹਨੂੰ ਵਿਹਲਾ ਕਰਕੇ ਘਰ ਨੂੰ। ਰੁਜ਼ਗਾਰ ਨੂੰ ਬਚਾਉਣ ਖਾਤਰ ਹਰ ਤਰ੍ਹਾਂ ਦਾ ਸੰਘਰਸ਼ ਕਰਨ ਨੂੰ ਤਿਆਰ ਕੇਬਲ ਆਪਰੇਟਰ। ਪੁਲਿਸ ਨਾਲ ਜਾਂਦੀ ਆ, ਮਹਿੰਗਾ ਕੀਮਤੀ ਸਮਾਨ ਚੱਕ ਕੇ ਉਹ ਲੈ ਜਾਂਦੇ ਨੇ, ਉਹਨਾਂ ਦੇ ਪਰਚੇ ਦੇ ਕੇ ਭਜਾਇਆ ਜਾ ਰਿਹਾ। ਬੁਰੀ ਤਰ੍ਹਾਂ ਇਹ ਮਾਹੌਲ, ਪਟਿਆਲੇ ਦਾ ਖਾਸ ਕਰਕੇ ਮੈਂ ਗੱਲ ਕਰਾਂ ਤਾਂ ਬਹੁਤ ਬੁਰੀ ਤਰ੍ਹਾਂ ਮਾਹੌਲ ਖਰਾਬ ਆ। ਜੇ ਕਿਸੇ ਕੇਬਲ ਆਪਰੇਟਰ ਨੇ ਪੁਲਿਸ ਪ੍ਰਸ਼ਾਸਨ ਜਾ ਕੋਲ ਜਾ ਕੇ ਫਰਿਆਦ ਕੀਤੀ ਤਾਂ ਉਲਟਾ ਉਹ 'ਤੇ ਪਰਚਾ ਦਰਜ ਹੋਇਆ। ਕੋਈ ਆਪਰੇਟਰ ਆਪਣੇ ਘਰੇ ਨਹੀਂ ਪੈ ਰਿਹਾ। ਇੱਕ ਸਾਡਾ ਆਪਰੇਟਰ ਆ, ਉਹਦੀ ਵਾਈਫ ਨੂੰ ਕੈਂਸਰ ਹੋਇਆ ਲਾਸਟ ਡੇਟ ਉੱਪਰ, ਉਹ ਘਰ ਨੂੰ ਜਿੰਦਾ ਲੱਗਿਆ, ਕੰਨ ਟੱਪ ਕੇ ਜਾ ਕੇ ਉਹ ਆਪਣੀ ਵਾਈਫ ਨੂੰ ਦਵਾਈ ਦੇ ਕੇ ਆਉਂਦਾ। ਸਨੌਰ ਦੇ ਵਿੱਚ ਲਗਾਤਾਰ 3-4 ਵਾਰ ਗੋਲੀ ਚੱਲੀ ਹੈ। ਸਾਡੇ ਕੁਛ ਕੇਬਲ ਆਪਰੇਟਰ ਇਹੋ ਜਿਹੇ ਵੀ ਹੈਗੇ ਆ ਜਿਨ੍ਹਾਂ ਨੇ ਆਮ ਆਦਮੀ ਜਦੋਂ ਚੋਣ ਹੋਈ ਆਮ ਆਦਮੀ ਦੇ ਜਿਹੜੇ MLA ਖੜ੍ਹੇ ਉਹਨਾਂ ਦੀ ਮਦਦ ਕੀਤੀ ਡੱਟ ਕੇ, ਆਹ ਫੋਟੋਆਂ ਵੀ ਹੈਗੀਆਂ, ਅਤੇ ਉਹਨਾਂ ਦੇ ਹੀ ਅੱਜ ਏਰੀਏ ਜਿਹੜੇ ਆ ਖੋਲ੍ਹੇ ਗਏ।
ਕਿਹੜੇ ਪਾਸੇ ਸਰਕਾਰ ਚੱਲ ਰਹੀ ਹੈ। ਆਪਣੇ ਵਰਕਰ ਨੂੰ ਪਹਿਲੀ ਵਾਰ ਸੁਣਿਆ ਕਿ ਆਪਣੇ ਵਰਕਰਾਂ ਨੂੰ ਆਪਣੇ ਆਗੂਆਂ ਨੂੰ ਕੀ ਸਰਕਾਰ ਮਾਰਨ ਲੱਗੀ। ਪਰ ਇਹ ਐਡੀ ਸੌਖੀ ਨਹੀਂ ਵੀ ਜਿਹੜਾ ਜੀ ਕਰੂਗਾ ਮਾਰੂਗਾ, ਕੰਮ ਤੇ ਲੱਫੜ ਦੇ ਕੇਵਲ ਖੋ ਕੇ ਤੁਰ ਜੂਗਾ, ਇਹ ਕੰਮ ਨਹੀਂ ਹੋਣਾ। ਪੰਜਾਬ ਭਰ 'ਚ ਕੇਵਲ ਓਪਰੇਟਰਾਂ ਦੇ ਨਾਲ ਲਗਾਤਾਰ ਧੱਕਾ ਹੋ ਰਿਹਾ ਹੈ। ਅਹਿਮ ਗੱਲ ਹੈ ਕਿ ਪਟਿਆਲਾ ਅਤੇ ਮੋਹਾਲੀ 'ਚ ਤਾਂ ਸ਼ਰੇਆਮ ਕੇਬਲ ਓਪਰੇਟਰਾਂ ਦੀਆਂ ਤਾਰਾਂ ਕੁਝ ਮਾੜੇ ਅਨਸਰਾਂ ਵੱਲੋਂ ਕੱਟੀਆਂ ਅਤੇ ਕਟਵਾਈਆਂ ਜਾ ਰਹੀਆਂ ਨੇ, ਜਿਹੜੇ ਕਿ ਕੇਬਲ ਕਾਰੋਬਾਰ ਨੂੰ ਹਥਿਆਉਣ ਦੀ ਸਾਜ਼ਿਸ਼ ਦੇ ਤਹਿਤ ਕੰਮ ਕਰ ਰਹੇ ਨੇ। ਕੇਬਲ ਓਪਰੇਟਰਾਂ ਉੱਤੇ ਝੂਠੇ ਪਰਚੇ ਵੀ ਕੀਤੇ ਜਾ ਰਹੇ ਨੇ, ਜਿਸ ਕਰਕੇ ਗਰੀਬ ਕੇਬਲ ਓਪਰੇਟਰ ਜਿਨ੍ਹਾਂ ਦਾ ਰੁਜ਼ਗਾਰ ਕੇਬਲ ਦੇ ਕੰਮ ਨਾਲ ਚੱਲਦਾ ਹੈ, ਹੁਣ ਦਿਨ ਰਾਤ ਆਪਣੇ ਰੁਜ਼ਗਾਰ ਦੀ ਚਿੰਤਾ 'ਚ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੇ ਨੇ। ਇਸ ਸਭ ਧੱਕੇ ਦੇ ਖਿਲਾਫ ਆਖਿਰਕਾਰ ਅੱਕ ਕੇ ਹੁਣ ਕੇਬਲ ਓਪਰੇਟਰਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਵੱਡੇ ਖੁਲਾਸੇ ਕੀਤੇ ਗਏ ਨੇ ਅਤੇ ਇਸ ਪ੍ਰੈਸ ਵਾਰਤਾ 'ਚ ਸਾਬਕਾ MLA ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕੇਬਲ ਓਪਰੇਟਰਾਂ ਨਾਲ ਹੋ ਰਹੇ ਧੱਕੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਜੇ ਕਿਸੇ ਕੇਬਲ ਓਪਰੇਟਰ ਨੇ ਪੁਲਿਸ ਪ੍ਰਸ਼ਾਸਨ ਜਾ ਕੋਲ ਜਾ ਕੇ ਫਰਿਆਦ ਕੀਤੀ ਤਾਂ ਉਲਟਾ ਉਹਦੇ 'ਤੇ ਪਰਚਾ ਦਰਜ ਹੋਇਆ। ਕੋਈ ਓਪਰੇਟਰ ਆਪਣੇ ਘਰੇ ਨਹੀਂ ਪੈ ਰਿਹਾ। ਇੱਕ ਸਾਡਾ ਓਪਰੇਟਰ ਆ, ਉਹਦੀ ਵਾਈਫ ਨੂੰ ਕੈਂਸਰ ਹੋਇਆ ਲਾਸਟ ਸਟੇਜ ਉੱਪਰ, ਉਹ ਘਰ ਨੂੰ ਜਿੰਦਾ ਲੱਗਿਆ, ਕੰਨ ਟੱਪ ਕੇ ਜਾ ਕੇ ਉਹ ਆਪਣੀ ਵਾਈਫ ਨੂੰ ਦਵਾਈ ਦੇ ਕੇ ਆਉਂਦਾ ਕਿ ਸਨੌਰ ਦੇ ਵਿੱਚ ਲਗਾਤਾਰ 3-4 ਵਾਰ ਗੋਲੀ ਚੱਲੀ ਹੈ। ਸਾਡੇ ਕੁਛ ਕੇਬਲ ਓਪਰੇਟਰ ਇਹੋ ਜਿਹੇ ਵੀ ਹੈਗੇ ਆ ਜਿਨ੍ਹਾਂ ਨੇ ਆਮ ਆਦਮੀ ਜਦੋਂ ਚੋਣ ਹੋਈ ਆਮ ਆਦਮੀ ਦੇ ਜਿਹੜੇ MLA ਖੜ੍ਹੇ ਉਹਨਾਂ ਦੀ ਮਦਦ ਕੀਤੀ ਡਟ ਕੇ, ਆਹ ਫੋਟੋਆਂ ਵੀ ਹੈਗੀਆਂ, ਅਤੇ ਉਹਨਾਂ ਦੇ ਹੀ ਅੱਜ ਏਰੀਏ ਜਿਹੜੇ ਆ ਖੋਲ੍ਹੇ ਗਏ। ਕਿਹੜੇ ਪਾਸੇ ਸਰਕਾਰ ਚੱਲ ਰਹੀ ਹੈ? ਆਪਣੇ ਵਰਕਰ ਨੂੰ ਪਹਿਲੀ ਵਾਰ ਸੁਣਿਆ ਕਿ ਆਪਣੇ ਵਰਕਰਾਂ ਨੂੰ ਆਪਣੇ ਆਗੂਆਂ ਨੂੰ ਕੀ ਸਰਕਾਰ ਮਾਰਨ ਲੱਗੀ। ਪਰ ਇਹ ਐਡੀ ਸੌਖੀ ਨਹੀਂ ਵੀ ਜਿਹਦਾ ਜੀ ਕਰੂਗਾ ਮਾਰੂਗਾ, ਕੰਨ 'ਤੇ ਲੱਫੜ 'ਤੇ ਕੇਵਲ ਖੋ ਕੇ ਤੁਰ ਜੂਗਾ, ਇਹ ਕੰਮ ਨਹੀਂ ਹੋਣਾ। ਸੋ ਕੇਵਲ ਓਪਰੇਟਰਾਂ ਦਾ ਕਹਿਣਾ ਹੈ ਕਿ ਜੇ ਉਹਨਾਂ ਦੀ ਸ਼ਿਕਾਇਤ ਉੱਤੇ ਸੁਣਵਾਈ ਨਾ ਹੋਈ ਤਾਂ ਉਹ ਧਰਨੇ ਦੇਣਗੇ ਅਤੇ ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ, ਅਤੇ ਜੇ ਸਾਰੇ ਪੰਜਾਬ ਦੀ ਕੇਬਲ ਵੀ ਬੰਦ ਕਰਨੀ ਪਈ ਤਾਂ ਇਨਸਾਫ ਲਈ ਉਹਨਾਂ ਨੂੰ ਇਹ ਕਦਮ ਵੀ ਚੁੱਕਣਾ ਪਏਗਾ। ਸੋ ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਇਹਨਾਂ ਕੇਬਲ ਓਪਰੇਟਰਾਂ ਨੂੰ ਕਦੋਂ ਤੱਕ ਇਨਸਾਫ ਮਿਲੇਗਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਉੱਤਰ ਪ੍ਰਦੇਸ਼ ਵੈਲਫੇਅਰ ਕੌਂਸਲ ਦੀ ਖੇਤਰੀ ਇਕਾਈ ਚਾਟੀਵਿੰਡ ਅਤੇ ਫਤਿਹ ਸਿੰਘ ਕਲੋਨੀ ਦੇ ਸੀਆਰਾਮ ਚੌਰਸੀਆ ਅਤੇ ਜੈਹਿੰਦ ਗੁਪਤਾ ਦੀ ਅਗਵਾਈ ਹੇਠ ਹਿੰਮਤਪੁਰਾ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਸਵੈਟਰ ਦਾਨ ਕੀਤੇ ਗਏ, ਜਿਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਕੌਂਸਲਰ ਵਿਕਾਸ ਸੋਨੀ, ਕੌਂਸਲ ਪ੍ਰਧਾਨ ਸੁਖਦੇਵ ਪਾਲ ਕੈਸ਼ੀਅਰ, ਸ਼ਿਆਮ ਲਾਲ ਯਾਦਵ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਸਾਰੇ ਯੋਗ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਸਮਾਜ ਦੇ ਲੋੜਵੰਦ ਲੋਕਾਂ ਲਈ ਅੱਗੇ ਆਉਣ ਅਤੇ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਪਰਿਸ਼ਦ ਦੇ ਚੇਅਰਮੈਨ ਬਾਲ ਕਿਸ਼ਨ ਯਾਦਵ, ਰਾਜੂ ਭਾਰਤੀ, ਅਸ਼ੋਕ ਕੁਮਾਰ, ਉਮੇਦ ਪਾਸਵਾਨ, ਰਾਮ ਜਨਮ ਯਾਦਵ, ਓਮ ਪ੍ਰਕਾਸ਼ ਚੌਰਸੀਆ, ਮੁਲਾਇਮ ਯਾਦਵ, ਮੁੰਨਾ ਯਾਦਵ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਉੱਤਰ ਪ੍ਰਦੇਸ਼ ਕਲਿਆਣ ਪਰਿਸ਼ਦ ਵੱਲੋਂ ਬੱਚਿਆਂ ਨੂੰ ਜਿਹੜੇ ਨੇ ਉਹ ਸਵੈਟਰ ਜਿਹੜੇ ਨੇ, ਕਿਉਂਕਿ ਸਰਦੀਆਂ ਆ ਗਈਆਂ ਨੇ, ਸੋ ਅੱਜ ਜਿਹੜੇ ਨੇ ਸਵੈਟਰ ਜਿਹੜੇ ਨੇ ਉਹ ਵੰਡੇ ਜਾ ਰਹੇ ਨੇ। ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਨਾ, ਮੁਬਾਰਕਬਾਦ ਵੀ ਦਿੰਦਾ। ਸੋ ਮੈਂ ਤਾਂ ਹਮੇਸ਼ਾ ਇੱਥੇ ਆਉਂਦਾ। ਸੋ ਇਹ ਸਕੂਲ ਜਿਹੜਾ ਇਹ ਬਿਲਕੁਲ ਇਹਦੀ ਹਾਲਤ ਬੜੀ ਖਸਤਾ ਸੀ। ਇਹਨੂੰ ਪਿੱਛੇ ਮੈਂ 8 ਲੱਖ ਰੁਪਈਆ ਵੀ ਭੇਜਿਆ ਸੀ ਸਕੂਲ ਵਾਸਤੇ। ਨਾਲ ਹੀ ਇੱਥੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ, ਉਹਦੀ ਸਾਰੀ ਰਿਪੇਅਰ ਕਰਵਾਈ ਸੀ। ਸੋ ਹਮੇਸ਼ਾ ਹੀ ਮੈਂ ਇੱਥੇ ਆਉਂਦਾ।
ਸਵਾਦੀ ਮੈਂ ਆਇਆ ਬੱਚਿਆਂ ਨੂੰ ਸਵੈਟਰ ਜਿਹੜੇ ਨੇ ਉਹ ਅਸੀਂ ਵੰਡ ਕੇ ਜਾ ਰਹੇ ਹਾਂ। ਮੈਂ ਉੱਤਰ ਪ੍ਰਦੇਸ਼ ਕਲਿਆਣ ਪਰਿਸ਼ਦ ਕੀ ਤਰਫ ਸੇ ਮੇਰੇ ਯਹਾਂ ਪੇ ਉਪਸਥਿਤ ਮੇਰੇ ਪੰਜਾਬ ਪ੍ਰਧਾਨ ਸੁਖਦੇਵ ਪਾਲ ਜੀ ਏਵਮ ਚੇਅਰਮੈਨ ਬਾਲਕਿਸ਼ਨ ਜੀ ਏਵਮ ਮੇਰੇ ਸਾਰੇ ਅਨਯ ਸਾਥੀ ਗੜ ਉਪਸਥਿਤ ਹੋਏ ਹੈ ਜੋ ਕਿ ਹਰ ਸਾਲ ਹਮ ਲੋਕ ਨਾ ਗਰੀਬ ਵਰਗ ਕੇ ਤਬਦੇ ਕੇ ਲੋਕ ਕੋ ਗਰਮੀ ਕੇ ਜਾਂ ਠੰਡੀ ਮੇ ਹਰ ਸਾਲ ਕੁਛ ਨਾ ਕੁਛ ਬੱਚੋ ਕੇ ਲੀਏ ਡੋਨੇਸ਼ਨ ਕਰਤੇ ਹੈ ਜੋ ਪੈਸੇ ਹਮ ਲੋਗੋ ਸੇ ਉਪਸਥਿਤ ਹੋਤੇ ਹੈ ਜੈਸੇ ਕਿ ਜਨਮਅਸ਼ਟਮੀ ਮੇ ਔਰ ਕਹੀਂ ਸੇ ਵੀ ਉਪਸਥਿਤ ਹੋਤੇ ਹੈ ਉਸ ਪੈਸੇ ਕਾ ਹਮ ਲੋਗ ਹਰ ਸਾਲ ਕੁਛ ਨਾ ਕੁਛ ਸੇਵਾ ਕਰਤੇ ਰਹਤੇ ਹੈ। ਚਾਟੇ ਪਿੰਡ ਤੋਂ ਫਤਿਹ ਸਿੰਘ ਕਲੋਨੀ ਯੂਨਿਟ ਕਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇਤਨਾ ਵਧੀਆ ਉਪਰਾਲਾ ਇਹਨਾਂ ਨੇ ਕੀਆ। ਬਾਕੀ ਵੀ ਯੂਨਿਟੋਂ ਸੇ ਅਪੀਲ ਕਰੂੰਗਾ ਕਿ ਐਸੇ ਬੜੀਆਂ ਬੜੀਆਂ ਕੰਮ ਕਰੇ ਜੋ ਜਿਸ ਵਿੱਚ ਸਮਾਜ ਕਾ ਕੋਈ ਫਲਾ ਹੋ ਸਕੇ। ਕਹਿੰਦੇ ਨੇ ਕਿ ਜਦੋਂ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਅਗਰ ਅਸੀਂ ਉਸ ਦੀ ਜ਼ਰੂਰਤ ਨੂੰ ਪੂਰਾ ਕਰ ਦਈਏ ਤਾਂ ਇਸ ਵਰਗਾ ਕੋਈ ਪੁੰਨ ਨਹੀਂ। ਸੋ ਇਸੇ ਤਰ੍ਹਾਂ ਦਾ ਇੱਕ ਉਪਰਾਲਾ ਇੱਕ ਸੰਸਥਾ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਸਰਦੀਆਂ ਦੇ ਮੌਸਮ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਆ ਕੇ ਬੱਚਿਆਂ ਨੂੰ ਗਰਮ ਸਵੈਟਰ ਦਿੱਤੇ ਗਏ ਨੇ। ਸੋ ਜਿਸ ਕਾਰਜ ਦੀ ਸ਼ਲਾਘਾ ਸਾਬਕਾ ਉਪ ਮੁੱਖ ਮੰਤਰੀ ਵੱਲੋਂ ਵੀ ਕੀਤੀ ਗਈ ਹੈ। ਸੋ ਜਦੋਂ ਵੀ ਜ਼ਰੂਰਤ ਤੁਹਾਨੂੰ ਲੱਗੇ ਤਾਂ ਕਿਸੇ ਜ਼ਰੂਰਤਮੰਦ ਦੀ ਜ਼ਰੂਰ ਮਦਦ ਕਰੋ। ਵਿਜੇ ਕੁਮਾਰ, ਫਾਸਟ ਵੇ ਨਿਊਜ਼, ਅੰਮ੍ਰਿਤਸਰ। ਅੰਮ੍ਰਿਤਸਰ ਦੇ ਰੀਜਨਲ ਟਰਾਂਸਪੋਰਟ ਅਥਾਰਟੀ ਵਿਖੇ ਕੰਮ ਠੀਕ ਢੰਗ ਨਾਲ ਹੋ ਰਿਹਾ ਹੈ ਕਿਉਂਕਿ ਕਾਗਜ਼ੀ ਕਾਰਵਾਈ ਤੋਂ ਹਟ ਕੇ ਕੰਪਿਊਟਰ ਰਾਹੀਂ ਕੰਮ ਹੋ ਰਿਹਾ ਹੈ। ਹਰ ਜਾਣਕਾਰੀ ਜਾਂ ਸ਼ਿਕਾਇਤ ਆਨਲਾਈਨ ਹੋ ਗਈ ਹੈ ਅਤੇ ਸਮਾਂ ਵੀ ਘੱਟ ਲੱਗਦਾ ਹੈ। ਅਥਾਰਟੀ ਦੇ ਸੈਕਟਰੀ ਅਰਸ਼ਦੀਪ ਸਿੰਘ ਲੁਭਾਨਾ ਨੇ ਸਾਡੀ ਟੀਮ ਨੂੰ ਆਪਣੇ ਵਿਭਾਗ ਦੇ ਕੰਮਾਂ ਬਾਰੇ ਦੱਸਿਆ। ਦੇਖੋ ਜੀ, ਪ੍ਰੋਸੀਜਰ ਇਹ ਇੱਕ ਪਬਲਿਕ ਡੀਲਿੰਗ ਦੇ ਰਿਗਾਰਡਿੰਗ ਇੱਕ ਆਫਿਸ ਹੈ ਜਿੱਥੇ ਲਾਇਸੈਂਸਿਸ, ਆਰਸੀਜ਼ ਐਂਡ ਪਰਮਿਟਸ ਜਿਹੜੇ ਇਹਦੇ ਸੰਬੰਧੀ ਜਿਹੜਾ ਕੰਮਕਾਰ ਚੱਲਦਾ ਉਹਦੇ ਸੰਬੰਧੀ ਅੱਜ ਦੀ ਡੇਟ ਦੇ ਵਿੱਚ ਜਿੰਨੀਆਂ ਵੀ ਸਰਵਿਸਿਜ਼ ਨੇ ਉਹ 99% ਸਰਵਿਸਿਜ਼ ਸਾਰੀਆਂ ਹੀ ਆਲਮੋਸਟ ਔਨਲਾਈਨ ਨੇ ਔਰ ਔਨਲਾਈਨ ਕੋਈ ਵੀ ਬੰਦਾ ਪਰਿਵਾਹਨ ਵੈਬਸਾਈਟ 'ਤੇ ਯੂਟੀਲਾਈਜ਼ ਕਰਕੇ ਉੱਥੋਂ ਟਰੈਕ ਕਰ ਸਕਦਾ, ਉਹਦੇ 'ਤੇ ਅਪਲਾਈ ਕਰ ਸਕਦਾ, ਆਪਣਾ ਸਟੇਟਸ ਉਹਦੇ ਤੋਂ ਪਤਾ ਕਰ ਸਕਦਾ ਔਰ ਇਸ ਤੋਂ ਸਿਵਾ ਜੇ ਕਿਸੇ ਵੀ ਤਰ੍ਹਾਂ ਦੀ ਅੜਚਨ ਆਉਂਦੀ ਹੈ ਉਹ ਡੀਲਿੰਗ ਕਲਰਕ ਨਾਲ ਵੀ ਜਿਹੜਾ ਉਹ ਅਸਿਸਟੈਂਸ ਡੀਲਿੰਗ ਕਲਰਕ ਕੋਲ ਵੀ ਜਾਂ ਡਾਟਾ ਐਂਟਰੀ ਆਪਰੇਟਰ ਕੋਲ ਲੈ ਸਕਦੇ। ਵਰਕਿੰਗ ਦੇਖੋ ਜੋ ਡੀ ਸੀ ਆਫਿਸ ਜਿਹੜੇ ਇੰਪਲੋਈਜ਼ ਯੂਨੀਅਨ ਹੈ ਉਹਨਾਂ ਨੇ ਸਟ੍ਰਾਈਕ ਕੀਤੀ ਹੋਈ ਹੈ ਕਈ ਜ਼ਿਲ੍ਹਿਆਂ ਦੇ ਵਿੱਚ, ਉਹਨਾਂ ਦਾ ਜਿਹੜਾ ਟਰਾਂਸਪੋਰਟ ਵਿਭਾਗ ਵੱਲੋਂ ਵੀ ਜਿਹੜਾ ਉਹਦੇ ਵਿੱਚ ਕਿਤੇ ਕਿਤੇ ਸਟ੍ਰਾਈਕ ਹੋਈ ਹੈ ਬਟ ਅਸੀਂ ਇੱਥੇ ਕੋਸ਼ਿਸ਼ ਕਰੀ ਦੀ ਹੈ ਕਿ ਜਿੰਨਾ ਕਿ ਇਹਦੇ ਵਿੱਚ ਨਿਰਵਿਘਨ ਚੱਲ ਸਕੇ ਤੋ ਹਰੇਕ ਐਂਗਲ ਜਿਹੜਾ ਉਹ ਦੇਖ ਕੇ ਚੱਲਣਾ ਪੈਂਦਾ ਤਾਂ ਕਿ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਈ ਉਸ ਹਿਸਾਬ ਨਾਲ ਅਸੀਂ ਧਿਆਨ ਰੱਖੀਦਾ। ਨਹੀਂ, ਪੈਂਡੈਂਸੀਜ਼ ਜਿਹੜੀਆਂ ਉਹ ਸਾਡੀਆਂ ਮੈਂ ਜਿੰਨੀਆਂ ਉਹਦੇ ਵਿੱਚ ਓਬਜ਼ਰਵ ਕਰ ਸਕਦਾ ਮੋਰ ਔਰ ਲੈਸ ਜਿੰਨਾ ਕੁ ਸਾਡੀ ਪਹਿਲੀ ਚੱਲੀ ਆਉਂਦੀ ਹੈ ਜੋ ਇੱਕ ਨੈਚੁਰਲ ਐਵਰੇਜ ਹੀ ਹੈ ਉਹਦੇ ਇਰਦ ਗਿਰਦ ਹੀ ਹੈ। ਕੋਈ ਸਟ੍ਰਾਈਕ ਕਰਕੇ ਫਿਲਹਾਲ ਸਾਡੇ ਆਫਿਸ 'ਤੇ ਪੈਂਡੈਂਸੀ 'ਤੇ ਬਹੁਤ ਜ਼ਿਆਦਾ ਫਰਕ ਨਹੀਂ ਪਿਆ, ਆ ਮਾਈਨਰ ਥੋੜ੍ਹਾ ਬਹੁਤ ਫਰਕ ਜਿਹੜਾ ਉਹ ਤਾਂ ਕਿਤੇ ਨਾ ਕਿਤੇ ਪੈਂਦਾ ਹੀ ਹੈ। ਇਹਦੇ 'ਚ ਇਹੀ ਹੈ ਜੀ, ਜਿਹੜੀ ਔਨਲਾਈਨ ਸਰਵਿਸਿਜ਼ ਆ ਜਦੋਂ ਅਸੀਂ ਸਰਵਿਸਿਜ਼ ਔਨਲਾਈਨ ਕੀਤੀਆਂ ਹੋਈਆਂ ਤਾਂ ਪਬਲਿਕ ਨੂੰ ਮੇਰੀ ਇਹੀ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਰਵਿਸ ਜੇ ਅਪਲਾਈ ਕਰਨੀ ਸਭ ਤੋਂ ਪਹਿਲੇ ਉਹਦੀ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ ਔਰ ਔਨਲਾਈਨ ਪਰਿਵਾਹਨ ਪੋਰਟਲ 'ਤੇ ਹਰੇਕ ਸਰਵਿਸ ਦਾ ਐਗਜੈਕਟ ਦਿੱਤਾ ਹੋਇਆ ਕਿਹੜੇ ਡਾਕੂਮੈਂਟਸ ਲੱਗਣੇ ਹੈ, ਕੀ ਉਹਦਾ ਵਰਕ ਫਲੋ ਹੈ, ਕਿੱਥੋਂ ਫਾਈਲ ਮੂਵ ਹੁੰਦੀਆਂ, ਕਿੱਥੇ ਜਾਣੀ, ਕਿੱਥੋਂ ਟਰੈਕ ਕਰਨੀ, ਸੋ ਔਨਲਾਈਨ ਜਿਹੜੀਆਂ ਸਰਵਿਸਿਜ਼ ਹੈ ਤਾਂ ਵੱਧ ਤੋਂ ਵੱਧ ਜਿਹੜਾ ਲਾਹਾ ਲਿਆ ਜਾਏ। ਅਸੀਂ ਆਏ ਹਾਂ ਅੰਮ੍ਰਿਤਸਰ ਦੇ ਆਰ ਟੀ ਓ ਆਫਿਸ ਵਿੱਚ ਜਿੱਥੇ ਕਿ ਦੇਖਿਆ ਗਿਆ ਕਿ ਵਰਕਿੰਗ ਬਹੁਤ ਸਮੂਥ ਚੱਲ ਰਹੀ ਹੈ। ਰਸ਼ ਵਗੈਰਾ ਕਿਸੇ ਟਾਈਮ ਤੋਂ ਹੁੰਦਾ ਸੀ ਲੇਕਿਨ ਹੁਣ ਆਫਿਸ ਵਗੈਰਾ ਵੀ ਕਾਫੀ ਵਧੀਆ ਤਰੀਕੇ ਨਾਲ ਕੰਮ ਕਰਦੇ ਪਏ ਹਨ, ਪੈਂਡੈਂਸੀਜ਼ ਨਹੀਂ ਨੇ ਔਰ ਜਿਵੇਂ ਕਿ ਤੁਸੀਂ ਸੈਕਟਰੀ ਆਰ ਟੀ ਓ ਸਾਹਿਬ ਨੂੰ ਸੁਣਿਆ ਕਿ ਵਰਕਿੰਗ ਜਿਹੜੀ ਹੈਗੀ ਹੈ ਸਮੂਥ ਹੈ, ਵਧੀਆ ਚੱਲਦੀ ਪਈ ਹੈ ਔਰ ਪੈਂਡੈਂਸੀਜ਼ ਜਿਹੜੀਆਂ ਹੈਗੀਆਂ ਨੇ ਜੋ ਥੋੜ੍ਹੇ ਬਹੁਤ ਸਿਸਟਮ ਕਰਕੇ ਹੈ ਉਹ ਹੀ ਨੇ। ਵਧੀਆ ਲੱਗਾ ਇਹਨਾਂ ਨਾਲ ਗੱਲ ਕਰਕੇ ਔਰ ਇਹਨਾਂ ਨੇ ਕਾਫੀ ਚੰਗੀ ਤਰ੍ਹਾਂ ਗਾਈਡ ਵੀ ਕੀਤਾ ਕਿ ਲੋਕਲ ਪਬਲਿਕ ਨੂੰ ਕੋਈ ਦਿੱਕਤ ਅਗਰ ਹੋਵੇ ਤਾਂ ਉਹ ਸਿੱਧਾ ਉਹਨਾਂ ਨੂੰ ਵੀ ਮਿਲ ਸਕਦੇ ਹਨ ਔਰ ਪਬਲਿਕ ਨੂੰ ਮਿਲਦੇ ਹਨ। ਕੈਮਰਾ ਪਰਸਨ ਰਾਕੇਸ਼ ਨਾਲ, ਜੇਪੀ ਸਿੰਘ, ਫਾਸਟ ਨਿਊਜ਼, ਅੰਮ੍ਰਿਤਸਰ।
17ਵੇਂ ਪਾਈਟੈਕਸ ਮੇਲੇ ਵਿੱਚ ਮੈਤਰੀ ਬੋਧ ਪਰਿਵਾਰ ਅਤੇ ਕਾਮਧੇਨੂ ਗੌਧਾਮ ਟਰੱਸਟ ਵੱਲੋਂ ਸਟਾਲ ਲਗਾਇਆ ਗਿਆ ਸੀ, ਜਿੱਥੇ ਮੇਲਾ ਵੇਖਣ ਆਏ ਹੋਏ ਲੋਕਾਂ ਨੇ ਇਹਨਾਂ ਦੇ ਕੰਮ ਕਾਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਅੰਤਰਰਾਸ਼ਟਰੀ ਕ੍ਰਿਸ਼ਨ ਭਾਵਨਾਮ੍ਰਿਤ ਸੰਘ ਵੱਲੋਂ ਮਹਾ ਆਰਤੀ ਉਤਸਵ ਅਤੇ ਰੱਥ ਯਾਤਰਾ ਦਾ ਆਯੋਜਨ 15 ਅਤੇ 16 ਦਸੰਬਰ ਨੂੰ ਕੀਤਾ ਜਾ ਰਿਹਾ, ਜਿਸ ਸੰਬੰਧੀ ਪ੍ਰਬੰਧਕਾਂ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ ਅਤੇ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਨਾਲ ਵੀ ਸ਼੍ਰੀ ਸੋਨੀ ਨੇ ਮੁਲਾਕਾਤ ਕੀਤੀ। ਸਾਬਕਾ ਕੌਂਸਲਰ ਵਿਕਾਸ ਸੋਨੀ ਵੀ ਹਾਜ਼ਰ ਸਨ। ਮਨਮੋਹਨ ਸਿੰਘ ਔਲਖ, PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਕਮ ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ਼ਹਿਰ, ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਇਹ ਹੁਕਮ ਪਾਸ ਕੀਤਾ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਖੇਤਰ ਵਿੱਚ ਜਨਤਕ ਇਕੱਠ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ਵਿੱਚ ਹਥਿਆਰ ਲਿਜਾਣ, ਪ੍ਰਦਰਸ਼ਨ ਕਰਨ ਅਤੇ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗਰੀਤਾਂ 'ਤੇ ਪਾਬੰਦੀ ਹੋਵੇਗੀ ਅਤੇ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦੇਣ ਵਾਲੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਣਜੀਤ ਐਵਨਿਊ ਵਿਖੇ ਡੌਗ ਸ਼ੋਅ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਡੌਗ ਮਾਲਕਾਂ ਨੇ ਆਪਣੇ ਡੌਗ ਨੂੰ ਇਸ ਸ਼ੋਅ ਵਿੱਚ ਲਿਆਂਦਾ ਅਤੇ ਪ੍ਰਦਰਸ਼ਨ ਕੀਤਾ। ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਡੌਗ ਸ਼ੋਅ ਦੇ ਆਯੋਜਕਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੌਗ ਸ਼ੋਅ ਕਰਵਾਇਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਵਾਇਆ ਜਾਵੇਗਾ। ਮੁੱਖ ਮਕਸਦ ਇਹ ਹੈ ਕਿ ਲੋਕਾਂ ਨੂੰ ਡੌਗਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇੱਥੇ ਇਸ ਵੇਲੇ ਆਲਮੋਸਟ 200 ਕੁੱਤਾ ਸ਼ੋਅ ਹੋਇਆ, ਜਿਹਦੇ ਵਿੱਚ ਸਾਰੇ ਕੁੱਤੇ ਜਿਹੜੇ ਨੇ ਕਿ ਵੀ ਜੱਜ ਕੀਤੇ ਗਏ ਨੇ ਨਾਈਸ ਐਂਡ ਪ੍ਰੋਪਰ, ਅਤੇ ਜਿਹੜਾ ਕੁੱਤਾ ਜਿੱਤਦਾ ਉਹ ਬੇਸਿਕਲੀ ਇਸ ਲਈ ਜਿੱਤਦਾ ਹੈ ਕਿਉਂਕਿ ਉਹ ਟਰੂ ਟੂ ਟਾਈਪ ਹੈ, ਅਤੇ ਟਰੂ ਟੂ ਟਾਈਪ ਡੌਗ ਜਿਹੜੇ ਨੇ ਉਹ ਇਸ ਲਈ ਹੁੰਦੇ ਨੇ ਤਾਂ ਕਿ ਉਹਨਾਂ ਦੇ ਗਾਂਹ ਜਿਹੜੇ ਬੱਚੇ ਨੇ ਉਹ ਟਰੂ ਟੂ ਟਾਈਪ ਜਾਂਦੇ ਨੇ। ਸੋ ਆਈ ਐਮ ਥੈਂਕਫੁਲ ਟੂ ਦਾ ਆਲ ਮੀਡੀਆ ਐਂਡ ਅੰਮ੍ਰਿਤਸਰ ਮਿਊਨਸਿਪਲ ਕਾਰਪੋਰੇਸ਼ਨ ਐਂਡ ਕਮਿਸ਼ਨਰ ਪੁਲਿਸ। 58th ਐਂਡ 59th ਡੌਗ ਸ਼ੋਅ ਆ, ਅਸੀਂ ਹਰ ਸਾਲ ਕਰਾਉਂਦੇ ਹਾਂ। ਇਹਦਾ ਮਕਸਦ ਹੁੰਦਾ ਵੀ ਲੋਕਾਂ ਨੂੰ ਅਵੇਅਰਨੈਸ ਕਰਾਉਣੀ ਕਿ ਪਿਓਰ ਬਰੈਡ ਡੌਗਸ ਰੱਖੇ ਜਾਣ। ਇਹ ਸਿਰਫ ਅੱਜ ਡੌਗਸ ਆਏ ਆ ਸਿਰਫ ਜਿਹੜੇ ਸਾਰੇ KCI ਦੇ ਨਾਲ ਰਜਿਸਟਰਡ ਸਨ, ਔਰ ਇਹ ਕਲੱਬ ਵੀ KCI ਦੇ ਨਾਲ ਰਜਿਸਟਰਡ ਹੈ। ਇਹਦੇ 'ਚ ਇਹ ਨਹੀਂ ਵੀ ਜਿਹੜਾ ਮਰਜ਼ੀ ਲਿਆ ਕੇ ਕੁੱਤਾ ਸ਼ੋਅ ਕਰ ਸਕਦੇ। ਸਾਡੇ ਜੱਜਸ ਜਿਹੜੇ ਆ ਇਹ ਵੀ ਕੰਪਿਊਟਰ ਤੋਂ ਇੱਕ ਨੇ ਅਤੇ ਇੱਕ ਆਏ ਨੇ ਹੈਦਰਾਬਾਦ ਤੋਂ, ਦੇ ਆਰ ਵੈਰੀ ਰਿਪਿਊਟਡ ਜੱਜਸ। ਸੋ ਸ਼ੋਅ ਬਹੁਤ ਸੋਹਣਾ ਹੋਇਆ, ਐਂਟਰੀ ਬਹੁਤ ਸੋਹਣੀ ਸੀ। ਪੰਜਾਬ ਸਰਕਾਰ ਵੱਲੋਂ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਵਾਉਣ ਵਾਲੇ ਲਾਭਪਾਤਰੀਆਂ ਲਈ 31 ਦਸੰਬਰ 2023 ਤੱਕ ਦਾ ਵਾਅਦਾ ਕਰ ਦਿੱਤਾ ਗਿਆ ਅਤੇ 31 ਦਸੰਬਰ ਤੱਕ ਕਾਰਡ ਬਣਵਾਉਣ ਵਾਲਿਆਂ ਵਿੱਚੋਂ 10 ਲੋਕਾਂ ਨੂੰ ਲੱਕੀ ਡਰਾਅ ਜ਼ਰੀਏ ਚੁਣਿਆ ਜਾਵੇਗਾ ਅਤੇ ਨਕਦ ਇਨਾਮ ਦਿੱਤੇ ਜਾਣਗੇ। ਇਸ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਨੇ ਸੰਬੰਧਿਤ ਅਧਿਕਾਰੀਆਂ ਨਾਲ ਆਯੁਸ਼ਮਾਨ ਕਾਰਡ ਸੰਬੰਧੀ ਰਿਵਿਊ ਮੀਟਿੰਗ ਦੌਰਾਨ ਦੱਸਿਆ। ਇਸ ਮੀਟਿੰਗ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮੀਤ ਕੌਰ, ਜ਼ਿਲ੍ਹਾ ਮੰਡੀ ਅਫਸਰ ਸਰਦਾਰ ਅਮਨਦੀਪ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਫਤਿਹਦੀਪ ਸਿੰਘ, ਦਿਨੇਸ਼ ਸੂਰੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਸਿੱਧ ਪੀਠ ਸ਼੍ਰੀ ਪਿਤੰਬਰਾ ਬਾਗਲਾ ਬਾਏ ਹਰਨੀ ਮੰਦਿਰ, ਸੁਸਾਇਟੀ ਫਤਿਹਪੁਰ,
ਸ਼੍ਰੀ ਲਕਸ਼ਮੀ ਨਾਰਾਇਣ ਆਯੁਰਵੈਦਿਕ ਕਾਲਜ ਨੇੜੇ ਚੱਬਾਲ ਰੋਡ ਵਿਖੇ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਸ਼੍ਰੀ ਬਗਲਾ ਮੁਖੀ ਦੇਵੀ ਜੀ ਦਾ ਮੂਰਤੀ ਸਥਾਪਨਾ ਦਿਵਸ ਅਤੇ ਪਰਮ ਪੂਜੇ ਮਹੰਤ ਸ਼੍ਰੀ ਦੁਰਗਾਦਾਸ ਜੀ ਮਹਾਰਾਜ ਦਾ ਜਨਮ ਦਿਹਾੜਾ 11 ਦਸੰਬਰ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਮਹੰਤ ਸ਼੍ਰੀ ਦੁਰਗਾਦਾਸ ਜੀ ਵੱਲੋਂ ਦੱਸਿਆ ਗਿਆ ਕਿ ਮੰਦਿਰ ਵਿਖੇ ਸੰਗਤਾਂ ਵੱਲੋਂ ਮਾਤਾ ਜੀ ਨੂੰ ਮਹਿੰਦੀ ਲਗਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਕੌਂਸਲਰ ਵਿਕਾਸ ਸੋਨੀ ਮੁੱਖ ਤੌਰ 'ਤੇ ਉਪਸਥਿਤ ਹੋਏ ਅਤੇ ਉਹਨਾਂ ਨੂੰ ਮਹੰਤ ਸ਼੍ਰੀ ਦੁਰਗਾਦਾਸ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਮਾਤਾ ਬੰਗਲਾ ਮੁਖੀ ਜੀ ਦੀ ਮੂਰਤੀ ਸਥਾਪਨਾ ਹੋਈ ਸੀ, ਸੋ ਅੱਜ ਉਹਨਾਂ ਦੀ ਯਾਦ 'ਚ ਜਿਹੜਾ ਹੈ ਉਹ ਫੰਕਸ਼ਨ ਜਿਹੜਾ ਮਨਾਇਆ ਜਾ ਰਿਹਾ ਹੈ। ਸੋ ਮੈਂ ਸਭ ਤੋਂ ਪਹਿਲਾਂ ਅੱਜ ਦੇ ਦਿਨ 'ਤੇ ਸਾਰੇ ਸ਼ਹਿਰ ਵਾਸੀਆਂ ਨੂੰ ਦਿਲੀ ਮੁਬਾਰਕਬਾਦ ਦਿੰਦਾ। ਸੋ ਅੱਜ ਮਹੰਤ ਜੀ ਦਾ ਜਨਮ ਦਿਨ ਵੀ ਹੈ, ਸੋ ਮੈਂ ਮਹੰਤ ਜੀ ਨੂੰ ਦਿਲ ਦੀਆਂ ਵਧਾਈਆਂ ਤੋਂ ਮੁਬਾਰਕਬਾਦ ਦਿੰਦਾ। ਸੋ ਅੱਜ ਦੇ ਦਿਨ ਮਾਤਾ ਬੰਗਲਾ ਮੁਖ ਜੀ ਦੇ ਚਰਨਾਂ 'ਚ ਇਹੋ ਅਰਦਾਸ ਕਰਨੀ ਹੈ ਕਿ ਉਹਨਾਂ ਦਾ ਸਾਰੀਆਂ ਸੰਗਤਾਂ 'ਤੇ ਮਿਹਰ ਭਰਿਆ ਰਹੇ, ਸਾਰੇ ਪਰਿਵਾਰ ਤਰੱਕੀਆਂ ਕਰਨ, ਸਾਰੇ ਪਰਿਵਾਰ ਖੁਸ਼ੀਆਂ ਮਾਨਣ, ਸਾਡਾ ਦੇਸ਼ ਤਰੱਕੀ ਕਰੇ, ਸਾਡਾ ਸ਼ਹਿਰ ਤਰੱਕੀ ਕਰੇ, ਇਹੋ ਮਾਤਾ ਜੀ ਦੇ ਚਰਨਾਂ 'ਚ ਅਰਦਾਸ ਹੈ। ਖੇਤਰੀ ਅੰਮ੍ਰਿਤਸਰ ਵਿਖੇ ਸਥਿਤ ਖੇਤਰੀ ਪਾਸਪੋਰਟ ਦਫ਼ਤਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਕੰਮ ਕਾਜੀ ਦਿਨਾਂ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲੋਕ ਆਪਣੇ ਸਮੱਸਿਆ ਦੇ ਹੱਲ ਲਈ ਮਿਲ ਸਕਦੇ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹੋਇਆ ਖੇਤਰੀ ਪਾਸਪੋਰਟ ਅਧਿਕਾਰੀ ਡਾਕਟਰ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ RPO ਵੱਲੋਂ ਅਪੁਆਇੰਟਮੈਂਟਸ ਦੀ ਗਿਣਤੀ 1555 ਤੋਂ ਵਧਾ ਕੇ 1670 ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ। ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਾਂ 'ਤੇ ਐਡਵਰਟੀਜ਼ਮੈਂਟ ਦੇਣ ਲਈ ਫੋਨ ਨੰਬਰ 7009300883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਥਾਣਾ ਰਣਜੀਤ ਐਵਨਿਊ ਵੱਲੋਂ ਸਮੋਕ ਔਨ ਬੀਅਰ ਬਾਰ ਰਣਜੀਤ ਐਵਨਿਊ ਤੋਂ 4 ਹੁੱਕੇ ਬਰਾਮਦ ਕਰ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਇਸਲਾਮਾਬਾਦ ਵੱਲੋਂ 2 ਚੋਰੀ ਦੇ ਮੋਟਰਸਾਈਕਲਾਂ ਸਮੇਤ 1 ਦੋਸ਼ੀ ਨੂੰ ਕਾਬੂ ਕਰ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਜੰਡਿਆਲਾ ਵੱਲੋਂ 300 ਗ੍ਰਾਮ ਹੈਰੋਇਨ ਅਤੇ 3,10,000 ਡਰੱਗ ਮਨੀ ਸਮੇਤ 1 ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ। ਕ੍ਰਿਸਮਸ ਸੰਬੰਧੀ ਗੋਲਡਨ ਗੇਟ ਤੋਂ ਕੱਢੀ ਗਈ ਸ਼ੋਭਾ ਯਾਤਰਾ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का। एंट्री सिर्फ 5 रुपए से शुरू।
fun land in your city. Unlimited fun. तुझे देखा हुआ पागल पागल तुम्हारी बॉडी जैसे पारल पारल पास आ जाने जा पन मेरी यामा लम्बे 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 है द थ्रॉटल लेट मी मेक यू मूव ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਮਿਸ਼ਨ ਹੈਲਥ ਫਾਊਂਡੇਸ਼ਨ ਅਤੇ ਅੰਬੇਦਕਰ ਸਮਾਜ ਦਲ ਅਤੇ ਸ਼ਹਿਰ ਦੇ ਵੱਖ ਵੱਖ ਪਾਸਟਰ ਸਾਹਿਬਾਨਾਂ ਵੱਲੋਂ ਪਾਸਟਰ ਸੁਖਦੇਵ ਗਿੱਲ ਦੀ ਅਗਵਾਈ ਹੇਠ ਕ੍ਰਿਸਮਸ ਦੇ ਸੰਬੰਧ ਵਿੱਚ ਗੋਲਡਨ ਗੇਟ ਤੋਂ ਸ਼ੋਭਾ ਯਾਤਰਾ ਕੱਢੀ ਗਈ, ਜੋ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸੁਲਤਾਨਵਿੰਡ ਪਿੰਡ ਵਿੱਚ ਪਹੁੰਚ ਕੇ ਸੰਪੰਨ ਹੋਈ। ਇਸ ਮੌਕੇ ਪਾਸਟਰ ਚਾਰਲਸ, ਪਾਸਟਰ ਬੁਆ, ਪਾਸਟਰ ਨਵਜੋਤ, ਪਾਸਟਰ ਪਰਵੇਜ਼, ਪਾਸਟਰ ਸੁਧੀਰ, ਪਾਸਟਰ ਚਰਨਜੀਤ, ਪਾਸਟਰ ਰਾਜਵਿੰਦਰ ਮੱਟੂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਅਸੀਂ ਗੋਲਡਨ ਗੇਟ ਤੋਂ ਸ਼ੋਭਾ ਯਾਤਰਾ ਨੂੰ ਲੈ ਕੇ ਚੱਲ ਰਹੇ ਹਾਂ। ਮੈਂ ਧੰਨਵਾਦ ਕਰਦਾ ਪਰਮੇਸ਼ੁਰ ਦਾ ਔਰ ਆਏ ਹੋਏ ਸਭ ਭੈਣ ਭਰਾਵਾਂ ਦਾ। ਸਾਡੀ ਗੋਲਡਨ ਗੇਟ ਤੋਂ ਸ਼ੋਭਾ ਯਾਤਰਾ ਨਿਕਲ ਕੇ ਮਕਬੂਲਪੁਰਾ ਜਾਏਗੀ, ਮਹਿਤਾ ਰੋਡ, ਫਿਰ ਪੀਲੇ ਫਲੈਟਾਂ ਦੇ ਵਿੱਚੋਂ ਦੀ ਨਿਕਲਦੀ ਹੋਈ ਚਮਰੰਗ ਰੋਡ ਜਾਏਗੀ। ਦੇਖੋ ਜੀ, ਪ੍ਰਭੂ ਯੇਸ਼ੂ ਮਸੀਹ ਦਾ ਜੋ ਜਨਮ ਦਿਹਾੜਾ 25 ਦਸੰਬਰ ਨੂੰ ਹੋਇਆ, 24 ਦੀ ਰਾਤ ਨੂੰ ਪ੍ਰਭੂ ਯੇਸ਼ੂ ਨੇ ਜਨਮ ਲਿਆ, 25 ਨੂੰ ਪ੍ਰਭੂ ਯੇਸ਼ੂ ਦਾ ਕ੍ਰਿਸਮਸ ਦਾ ਤਿਉਹਾਰ ਜਿਹੜਾ ਸਾਰੀ ਦੁਨੀਆ ਦੇ ਵਿੱਚ ਬੜੀਆਂ ਖੁਸ਼ੀਆਂ ਅਤੇ ਚਾਵਾਂ ਦੇ ਨਾਲ ਵਰਲਡ ਲੈਵਲ 'ਤੇ ਮਨਾਇਆ ਜਾਂਦਾ ਹੈ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਭ ਮਿਲ ਕੇ ਜ਼ਿੰਦਾ ਖੁਦਾ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਨ 'ਤੇ ਇਹ ਸ਼ੋਭਾ ਯਾਤਰਾ ਲੈ ਕੇ ਚੱਲ ਰਹੇ ਹਾਂ ਔਰ ਸਾਡੇ ਵਿੱਚ ਸਾਡੇ ਸੰਤ ਪਾਸਟਰ CL ਚਾਰਲਸ ਜੀ ਔਰ ਹੋਰ ਦੂਰੋਂ ਦੂਰੋਂ ਆਏ ਸੰਤ ਸਾਹਿਬਾਨ ਸਾਡੇ ਵਿੱਚ ਪਹੁੰਚੇ ਆ ਔਰ ਮੇਰੇ ਨਾਲ ਸ਼੍ਰੀ ਸੁਖਦੇਵ ਗਿੱਲ ਜੀ ਪਾਸਟਰ ਜੀ, ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈ ਇਸ ਸਾਰੇ ਸ਼ੋਭਾ ਯਾਤਰਾ ਦੇ ਵਿੱਚ। ਪੱਛਮੀ ਹਲਕੇ ਦੇ ਇਲਾਕਾ ਸੰਧੂ ਕਲੋਨੀ ਵਿਖੇ ਭਾਈ ਪ੍ਰਪਾਲ ਸਿੰਘ ਜੀ ਰਾਖੀ USA ਵਾਲਿਆਂ ਦੇ ਪਰਿਵਾਰ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਦਾ ਸਮਾਗਮ ਕਰਵਾ ਗਿਆ, ਜਿਸ ਵਿੱਚ ਸਮੂਹ ਦੇਸ਼ ਵਾਸੀਆਂ ਸਮੇਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਸਮਾਗਮ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ, ਮੈਨੇਜਰ ਸ਼੍ਰੀ ਦਰਬਾਰ ਸਾਹਿਬ ਭਾਈ ਲਾਲ ਸਿੰਘ, ਪ੍ਰਸਿੱਧ ਸੋਸ਼ਲ ਵਰਕਰ ਮੈਡਮ ਪਰਵਿੰਦਰ ਕੌਰ, ਡਾਕਟਰ ਪ੍ਰਭਜੀਤ ਸਿੰਘ, ਡਾਕਟਰ ਜਸਪ੍ਰੀਤ ਸਿੰਘ ਨੇ ਉੱਚੇ ਤੌਰ 'ਤੇ ਪਹੁੰਚ ਕੇ ਇਸ ਰੂਹਾਨੀ ਸਤਸੰਗ ਦਾ ਆਨੰਦ ਮਾਣਿਆ ਅਤੇ ਮੱਥਾ ਟੇਕਿਆ। ਭਾਈ ਪ੍ਰਪਾਲ ਸਿੰਘ ਜੀ USA ਵਾਲਿਆਂ ਦੇ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿੰਨੀਆਂ ਸੰਗਤਾਂ ਆਈਆਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ, ਕੇਵਲ ਅਤੇ ਕੇਵਲ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ 'ਤੇ ਦਾਸ 'ਤੇ ਬੜਾ ਤਰਸ ਰਹਿਮਤ ਕੀਤੀ ਆ। ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਮਹਾਂ ਵਾਕਾਂ ਅਨੁਸਾਰ ਮੁਬਾਰਕ ਆਪ ਜੀ ਦੇ ਦਾਸਾਂ ਦੇ ਗ੍ਰਹਿ ਵਿਖੇ ਚਰਨ ਪਾਏ। ਸਮੁੱਚੀ ਕੌਮ ਨੂੰ ਸੁਨੇਹਾ ਅਰਦਾਸ ਹੈ, ਸਰਬੱਤ ਦੀ ਅਰਦਾਸ ਹੈ ਔਰ ਸਿੰਘ ਸਾਹਿਬਾਨ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਗਿਆਨੀ ਰਘਵੀਰ ਸਿੰਘ ਜੀ, ਉਹਨਾਂ ਦੇ ਦਾਸ ਦੇ ਗ੍ਰਹਿ ਵਿਖੇ ਚਰਨ ਪਾਏ ਨੇ, ਮੈਨੂੰ ਇੰਨੀ ਖੁਸ਼ੀ ਆ। ਅੱਜ ਸਾਡੇ ਭਾਈ ਸਾਹਿਬ ਪ੍ਰਪਾਲ ਸਿੰਘ ਜੀ USA ਵਾਲੇ, ਉਹਨਾਂ ਦੇ ਘਰ ਜੀ ਖੁਸ਼ੀ ਨਾਲ ਖੰਡ ਪਾਠ ਕਰਾਇਆ ਗਿਆ ਅਤੇ ਸਮੂਹ ਸੰਗਤਾਂ ਨੇ ਆ ਕੇ ਬੜਾ ਆਨੰਦ ਮਾਣਿਆ
ਤੇ ਆਪਣਾ ਦਰਬਾਰ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਵੀ ਕਾਫੀ ਹਸਤੀਆਂ ਇੱਥੇ ਪਹੁੰਚੀਆਂ ਨੇ। ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਰਾਮਾਇਣ ਪਾਠ ਕੀਤੇ ਜਾ ਰਹੇ ਹਨ। ਮਹਾਕਾਲੀ ਮੰਦਿਰ ਮਜੀਠਾ ਰੋਡ ਬਾਈਪਾਸ ਤੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਹਰ ਹਫ਼ਤੇ ਅੱਖਾਂ ਦਾ ਅਤੇ ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾਂਦਾ ਅਤੇ ਜ਼ਰੂਰਤਮੰਦ ਲੋਕਾਂ ਨੂੰ ਫ੍ਰੀ ਐਨਕਾਂ ਵੀ ਦਿੱਤੀਆਂ ਜਾਂਦੀਆਂ ਹਨ। ਇਸੇ ਤਹਿਤ ਫ੍ਰੀ ਮੈਡੀਕਲ ਚੈੱਕਅਪ ਕੈਂਪ ਮਹਾਕਾਲੀ ਮੰਦਿਰ ਵਿਖੇ ਲਗਾਇਆ ਗਿਆ। ਇਸ ਮੌਕੇ ਵਿਪਿਨ ਸ਼ਰਮਾ, ਰਾਜੀਵ ਸ਼ਰਮਾ, ਅਭਿਸ਼ੇਕ ਅਰੋੜਾ, ਰਵਿੰਦਰ ਬੱਤਰਾ ਵੀ ਹਾਜ਼ਰ ਸਨ। ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਦੁਰਗਾ ਮੰਦਿਰ ਕਮੇਟੀ ਵੱਲੋਂ ਰਿਤੇਸ਼ ਸ਼ਰਮਾ ਜੀ ਦਾ ਬਹੁਤ ਬਹੁਤ ਆਭਾਰੀ ਹੈ ਕਿ ਉਹਨਾਂ ਨੇ ਸਾਨੂੰ ਵਿਸ਼ੇਸ਼ ਤੌਰ 'ਤੇ ਇਸ ਸ਼ੁਭ ਮੌਕੇ 'ਤੇ ਬੁਲਾਇਆ ਹੈ। ਰਿਤੇਸ਼ ਸ਼ਰਮਾ ਜੀ, ਪ੍ਰਿਯੰਕਾ ਸ਼ਰਮਾ ਜੀ ਵੱਡੇ ਟਾਈਮ ਤੋਂ ਇਹ ਜਿਹੜਾ ਇੱਕ ਸੋਸ਼ਲ ਵਰਕ ਕਰ ਰਹੇ ਨੇ, ਨੇਤਰ ਜੋਤੀ ਹੈ ਜਿਹੜੀ, ਇਹ ਸਭ ਤੋਂ ਵੱਡਾ ਜਿਹੜਾ ਦਾਨ ਹੈ। ਅੱਜ ਅਸੀਂ ਇੱਥੇ ਮਹਾਂਕਾਲੀ ਮੰਦਿਰ ਵਿਖੇ ਮੈਡੀਕਲ ਕੈਂਪ ਲਗਾ ਰਹੇ ਹਾਂ। ਇਸ ਮੌਕੇ 'ਤੇ ਅੱਜ ਦੁਰਗਾ ਮਾਤਾ ਮੰਦਿਰ ਦੀ ਕਮੇਟੀ, ਉਹਨਾਂ ਦੇ ਪ੍ਰਧਾਨ ਸਾਹਿਬ ਸਾਰੇ ਇੱਥੇ ਆਏ ਨੇ ਆਸ਼ੀਰਵਾਦ ਦੇਣ। ਅੱਛਾ ਲੱਗਦਾ ਜਦੋਂ ਇਸ ਤਰ੍ਹਾਂ ਕੋਈ ਧਾਰਮਿਕ ਸਮਾਜਿਕ ਜਿਹੜੇ ਕੰਮ ਕਰਦੇ ਨੇ ਉਹ ਸਾਡੇ ਨਾਲ ਜੁੜਦੇ ਨੇ। ਅਜਨਾਲਾ ਆਜ਼ਾਦੀ ਸੰਗਰਾਮ ਲਹਿਰਾਂ ਦੇ 18 ਸਾਲ ਜੇਲ੍ਹਾਂ ਵਿੱਚ ਨਜ਼ਰਬੰਦ ਰਹੇ ਕੌਮੀ ਟਕਸਾਲੀ ਕਮਿਊਨਿਸਟ ਆਗੂ ਤੇ ਪੰਜਾਬ ਕਿਸਾਨੀ ਲਹਿਰ ਦੇ ਮੋਢੀ ਦਲੀਪ ਸਿੰਘ ਟਪਿਆਲਾ ਦੀ 31ਵੀਂ ਬਰਸੀ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਉਹਨਾਂ ਦੇ ਜੱਦੀ ਪਿੰਡ ਟਪਿਆਲਾ ਵਿਖੇ ਵਿਸ਼ਾਲ ਰਾਜਨੀਤਿਕ ਕਾਨਫਰੰਸ ਕਰਵਾਈ ਗਈ। ਇਸ ਮੌਕੇ ਸ਼ੀਤਲ ਸਿੰਘ ਤਲਵੰਡੀ, ਕੁਲਵੰਤ ਸਿੰਘ ਮੱਲੂ ਨੰਕਲ, ਵਿਰਸਾ ਸਿੰਘ ਟਪਿਆਲਾ, ਸੁਰਜੀਤ ਸਿੰਘ ਦੂਦ ਰਾਏ ਸਮੇਤ ਕਈ ਲੋਕ ਹਾਜ਼ਰ ਸਨ। ਇਹ ਕਾਨਫਰੰਸ ਬਹੁਤ ਹੀ ਮਹਾਨ ਦੇਸ਼ ਭਗਤ ਕਾਮਰੇਡ ਦਲੀਪ ਸਿੰਘ ਟਪਿਆਲਾ ਜੀ ਔਰ ਫੌਜਾ ਸਿੰਘ ਭੁੱਲਰ ਜੀ ਔਰ ਇਸ ਇਲਾਕੇ ਦੇ ਬਹੁਤ ਸਾਰੇ ਹੋਰ ਯੋਧੇ ਆ ਉਹਨਾਂ ਦੀ ਯਾਦ 'ਚ ਹੋਈ ਹੈ, ਜਿਨ੍ਹਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਦੇ ਖਿਲਾਫ਼ ਬਹੁਤ ਲੰਮਾ ਸਮਾਂ ਜੱਦੋਜਹਿਦ ਕੀਤੀ ਹੈ ਔਰ ਆਜ਼ਾਦੀ ਮਿਲਣ ਤੋਂ ਬਾਅਦ ਇਸ ਦੇਸ਼ 'ਚ ਹਕੀਕੀ ਤੌਰ 'ਤੇ ਕਿਰਤੀ ਲੋਕਾਂ ਦਾ ਰਾਜ ਆਵੇ ਇਹਦੇ ਵਾਸਤੇ ਜੀਵਨ ਭਰ ਸੰਘਰਸ਼ ਕੀਤਾ। ਅੱਜ ਦੀਆਂ ਪ੍ਰਸਥਿਤੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਅਸੀਂ ਇਕੱਠੇ ਕੀਤੇ ਲੋਕ ਅੱਜ, ਅਤੇ ਜੋ ਦੇਸ਼ ਦੀ ਹਾਲਤ ਹੈ ਉਸ ਮੋਦੀ ਸਰਕਾਰ ਨੇ ਬੜੀ ਉਹ ਬੁਰੀ ਕਰਤੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਾਹਿਗੁਰੂ ਸਿਟੀ ਚੱਬਾਲ ਰੋਡ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ ਅਤੇ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਸੰਦੀਪ ਸਿੰਘ, ਰਵਿੰਦਰ ਸਿੰਘ, ਅਜੇ ਕੁਮਾਰ, ਤੇਜਵੀਰ ਸਿੰਘ, ਵਿਕਾਸ ਗਿੱਲ, ਸਰਬਜੀਤ ਸਿੰਘ ਲਾਟੀ ਸਮੇਤ ਕਈ ਲੋਕ ਹਾਜ਼ਰ ਸਨ। ਭਾਈ ਗੋਪਾਲ ਸਿੰਘ ਸੇਵਾ ਸੁਸਾਇਟੀ ਮਾਨ ਸਿੰਘ ਗੇਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਤਵਾਰ ਨੂੰ ਸਵੇਰੇ ਪ੍ਰਭਾਤ ਫੇਰੀ ਅਤੇ ਸ਼ਾਮ ਨੂੰ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਪ੍ਰੋਫੈਸਰ ਜੋਗਿੰਦਰ ਸਿੰਘ ਅਰੋੜਾ, ਸਰਦਾਰ ਨਰਿੰਦਰਜੀਤ ਸਿੰਘ, ਸਰਦਾਰ ਬਰਿੰਦਰਪਾਲ ਸਿੰਘ, ਬੋਬੀ ਪ੍ਰਧਾਨ, ਕੌਂਸਲਰ ਜਰਨੈਲ ਸਿੰਘ ਢੋਟ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ। ਸੰਗਤਾਂ ਦੇ ਵਿੱਚ ਭਰਪੂਰ ਜੋਸ਼ ਹੈ। ਸਵੇਰੇ ਪ੍ਰਭਾਤ ਫੇਰੀ ਵੇਲੇ ਵੀ ਬਹੁਤ ਜੋਸ਼ ਸੀਗਾ, ਹੁਣ ਇਸ ਵੇਲੇ ਵੀ ਕੀਰਤਨ ਦਰਬਾਰ ਸੱਜ ਰਿਹਾ ਹੈ, ਸੰਗਤਾਂ ਧੁੰਮ ਧੁੰਮਾ ਕੇ ਪਹੁੰਚ ਰਹੀਆਂ ਨੇ। ਸਤਿਗੁਰੂ ਸ਼੍ਰੀ ਬਾਬਾ ਲਾਲ ਦਿਆਲ ਜੀ ਦਾ 669ਵਾਂ ਜਯੰਤੀ ਮਹਾਂ ਉਤਸਵ ਠਾਕੁਰ ਦੁਆਰਾ ਗੱਦੀ ਸ਼੍ਰੀ ਬਾਬਾ ਲਾਲ ਦਿਆਲ ਚੌਂਕ ਕਰਮਡਿਊੜੀ ਵਿਖੇ 11 ਫਰਵਰੀ 2024 ਨੂੰ ਸ਼ਰਧਾ ਭਾਵਨਾ ਨਾਲ ਮਹੰਤ ਸ਼੍ਰੀ ਅਨੰਤ ਦਾਸ ਜੀ ਮਹਾਰਾਜ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ।
ਇਸ ਸੰਬੰਧ ਵਿੱਚ 9 ਫਰਵਰੀ 2024 ਨੂੰ ਸ਼ੋਭਾ ਯਾਤਰਾ ਠਾਕੁਰ ਦੁਆਰਾ ਗੱਦੀ ਸ਼੍ਰੀ ਬਾਵਾ ਲਾਲ ਤਿਆਲ ਜੀ ਤੋਂ ਕੱਢੀ ਜਾਵੇਗੀ। ਬਾਵਾ ਲਾਲ ਤਿਆਲ ਜੀ ਦੇ ਜੈਂਤੀ ਮਹਾਂ ਉਤਸਵ ਦੇ ਸੰਬੰਧ ਵਿੱਚ 11 ਦਸੰਬਰ 2023 ਤੋਂ ਪ੍ਰਭਾਤ ਫੇਰੀਆਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਕੱਢੀਆਂ ਜਾਣਗੀਆਂ। ਇਸ ਮੌਕੇ ਮਹੰਤ ਅਨੰਤ ਦਾਸ ਜੀ ਨੇ ਪੂਜਾ ਅਰਚਨਾ ਕੀਤੀ ਅਤੇ ਸ਼ਰਧਾਲੂਆਂ ਵੱਲੋਂ ਮਹੰਤ ਅਨੰਤ ਦਾਸ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ। ਕੇਬਲ ਆਪਰੇਟਰ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ, ਪੂਰੇ ਪੰਜਾਬ ਵਿੱਚ ਕੇਬਲ ਸੇਵਾਵਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ। ਸਰਕਾਰੀ ਸਕੂਲ ਵਿਖੇ ਸੰਸਥਾ ਵੱਲੋਂ ਵੰਡੇ ਗਏ ਗਰਮ ਸਵੈਟਰ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤੀ ਸ਼ਿਰਕਤ। ਰੀਜਨਲ ਟਰਾਂਸਪੋਰਟ ਅਥਾਰਿਟੀ ਦੇ ਸੈਕਟਰੀ ਵੱਲੋਂ ਆਪਣੇ ਵਿਭਾਗ ਦੇ ਕੰਮਾਂ ਬਾਰੇ ਦਿੱਤੀ ਗਈ ਜਾਣਕਾਰੀ। ਇਹ ਸਨ ਅੱਜ ਦੀਆਂ ਖ਼ਬਰਾਂ। ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ। ਹੁਣ ਮੈਨੂੰ ਦੋ ਇਜਾਜ਼ਤ। ਧੰਨਵਾਦ।